ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਆਪਾਂ ਵੀਡੀਓ 'ਚ ਤੋਕੜ ਗੱਬਣ ਵਹਿੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛਦੇ ਹਾਂ ਵੀਰ ਤੋਂ ਇਹਦੀ ਡਿਟੇਲ ਆ ਜਾਓ ਵੀਰ ਜੀ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕਿਹੜੇ ਸੂਏ ਆ ਇਹ ਦੂਸਰਾ ਸੂਆ ਜੀ ਦੂਸਰੇ ਸੂਏ ਆ ਠੀਕ ਹੈ ਦੂਸਰੇ ਸੂਏ ਗੱਬਣ ਆ ਹਨਾ ਜੀ ਹਾਂਜੀ ਹਾਂਜੀ ਕਿੰਨੇ ਟਾਈਮ ਦੀ ਗੱਬਣ ਆ ਜੀ 3 ਮਹੀਨੇ ਦੀ 3 ਮਹੀਨੇ ਦੀ ਚੈੱਕ ਪਾਸ ਠੀਕ ਹੈ ਜੀ ਦੁੱਧ ਕਿੰਨਾ ਇਸ ਟਾਈਮ ਜੀ 12 ਕਿਲੋ ਕੰਡੇ ਵਾਲਾ ਜੀ ਠੀਕ ਹੈ ਜੀ ਤੋਲ ਕੇ ਹਾਂਜੀ ਤੋਲ ਕੇ 12 ਲੀਟਰ ਦੁੱਧ ਤਿਆਰ ਆ ਜੀ ਬੈਠ ਥੱਲੇ 3 ਮਹੀਨੇ ਦੀ ਚੈੱਕ ਪਾਸ ਗੱਬਣ ਆ ਜੀ ਤੋਰ ਕੇ ਦਿਖਾਣੇ ਆ ਥਣ ਵਗੈਰਾ ਦੇਖ ਲਓ ਜੀ ਕੱਲਾ ਕੱਲਾ ਨਿਕਣਵਾ ਥਣ ਆ ਜੀ ਅੰਡਰ ਦੀ ਕੁਆਲਿਟੀ ਬਹੁਤ ਵਧੀਆ ਜੀ ਦੇਖ ਸਕਦੇ 2 ਵਜੇ ਦਾ ਟਾਈਮ ਆ ਵੀਡੀਓ ਬਣਾਉਣ ਦਾ ਅੰਡਰ ਬਹੁਤ ਵਧੀਆ ਤਿਆਰ ਕਰਦੇ ਸ਼ਾਮ ਤੱਕ ਅੰਡਰ ਦੀ ਕੁਆਲਿਟੀ ਹੋਰ ਵੀ ਜ਼ਿਆਦਾ ਵਧੀਆ ਬਣ ਜਾਣੀ ਹੈ ਬੜੀ ਤੋਰ ਕੇ ਦਿਖਾ ਦਿਓ ਵੀਰ 3 ਮਹੀਨੇ ਦੀ ਚੈੱਕ ਪਾਸ ਆ ਜੀ 12 ਲੀਟਰ ਦੁੱਧ ਹੈ ਇਸ ਟਾਈਮ ਕੰਡੇ ਵਾਲਾ ਤਿਆਰ ਆ ਜੀ ਜੇ ਕਿਸੇ ਵੀਰ ਨੂੰ ਬੈੜ ਪਸੰਦ ਹੋਵੇ ਤਾਂ ਉਹ ਮਿਣ ਕੇ ਲਿਜਾ ਸਕਦਾ ਦੁੱਧ ਜੀ ਇਹ ਚਿਪ ਕਰੋਸ ਨਸਲ 'ਚ ਪੈ ਜਾਂਦੀ ਹੈ ਜੀ ਬਹੁਤ ਘੱਟ ਗਰਮੀ ਮੰਨਣ ਵਾਲੀ ਬੈੜ ਆ ਜੀ ਫੈਂਟ ਫੂੰਟ ਬਹੁਤ ਜ਼ਿਆਦਾ ਆਉਂਦੀ ਹੋਈ ਇਹਦੀ ਦੇਖ ਸਕਦੇ ਜੀ ਜਰਸੀ 'ਚ ਪੈ ਜਾਂਦੀ ਹੈ ਨਾ ਜੀ ਥੋੜ੍ਹੀ ਥੋੜ੍ਹੀ ਹਾਂ ਬਲੈਕ ਜਰਸੀ 'ਚ ਪੈ ਜਾਂਦੀ ਹੈ ਥੋੜ੍ਹੀ ਥੋੜ੍ਹੀ ਹਾਂ 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 ਜਰਸੀ 'ਚ ਪੈ ਜਾਂਦੀ ਹੈ ਅੰਡਰ ਵਗੈਰਾ ਦੇਖ ਲਓ ਇਹਨੇ ਠੰਡੀ ਵਧੀਆ ਵਿਚਾਰੀ ਜੀ ਹਾਂ ਪੂਰੀ ਠੰਡੀ ਸੀਲ ਹੈ ਜੇ ਮਰਦੀ ਹੱਥ ਵਗੈਰਾ ਫੇਰ ਲਓ ਨਿਆਣਾ ਪਾਉਂਦੇ ਵੀਰ ਕਿ ਨਹੀਂ ਹਾਂਜੀ ਨਿਆਣਾ ਠੀਕ ਹੈ ਨਿਆਣਾ ਤਾਂ ਪਾਉਂਦੇ ਨੇ ਉੱਪਰ ਸੀਲ ਠੰਡੀ ਪੂਰੀ ਹੈ ਠੀਕ ਹੈ ਜੀ ਹਾਂਜੀ ਵੀਰ ਜੀ ਕੀ ਡਿਮਾਂਡ ਕਰਦੇ ਜੀ 35,000 ਮੌਕੇ ਤੇ ਮਾਨ ਤਾਨ ਹੋ ਜੂ ਜੀ ਹਾਂਜੀ ਥੋੜਾ ਬਹੁਤ ਮਾਨ ਤਾਨ ਠੀਕ ਹੈ ਜੀ ਆਪਣਾ ਨਾਮ ਦੱਸ ਦਿਓ ਜੀ ਨਾਮ ਹਰਦੀਪ ਸਿੰਘ ਜੀ ਠੀਕ ਹੈ ਮੋਬਾਈਲ ਨੰਬਰ ਬੋਲ ਦੇ 7578 ਜੀ 7578 ਹਾਂਜੀ ਤੇ ਆਪਣਾ ਪਿੰਡ ਦੱਸ ਦਿਓ ਰਾਮਗੜ੍ਹ ਪਿੰਡ ਰਾਮਗੜ੍ਹ ਠੀਕ ਹੈ ਵੀਰ ਜੀ ਜ਼ਿਲ੍ਹਾ ਕਿਹੜਾ ਆਪਣੇ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤੋਂ ਠੀਕ ਹੈ ਜੀ ਮੋਬਾਈਲ ਨੰਬਰ ਦੱਸ ਹੀ ਦਿੱਤਾ 7578 ਠੀਕ ਹੈ ਜੇ ਕਿਸੇ ਵੀਰ ਨੂੰ ਬੈਡ ਪਸੰਦ ਹੋਵੇ ਤਾਂ ਉਹ ਵੀਰ ਨਾਲ ਕੰਟੈਕਟ ਕਰਕੇ ਬੈਡ ਨੂੰ ਖਰੀਦ ਸਕਦਾ ਜੀ ਵੀਰ ਦਾ ਪਿੰਡ ਤਾਂ ਭਦੌੜਾ ਜੀ ਪਰ ਇਹ ਵੀਰ ਦੇ ਰਿਸ਼ਤੇਦਾਰਾਂ 'ਚ ਖੜੀ ਹੈ ਬੈਡ ਜੀ 3 ਮਹੀਨਿਆਂ ਦੀ ਗੱਬਣ ਆ 12 ਲੀਟਰ ਦੁੱਧ ਇਸ ਟਾਈਮ ਤਿਆਰ ਆ ਜੀ ਜਰਸੀ ਨਸਲ 'ਚ ਪੈ ਜਾਂਦੀ ਹੈ ਬਲੈਕ ਜਰਸੀ ਨਸਲ 'ਚ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਥੈਂਕ ਯੂ